ਜਿੰਨੇ ਵੀ ਦੋਲਨਕਾਰੀ ਕਿਸਾਨ ਆ ਦੇਸ਼ ਦੇ ਵਿੱਚ ਉਹਨਾਂ ਸਾਰਿਆਂ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਜਾਵੇ। ਪਰ ਕੇਂਦਰ ਸਰਕਾਰ ਵੱਲੋਂ ਸਿਰਫ ਪੰਜਾਬ ਦੇ 29 ਕਿਸਾਨ ਜਥੇਬੰਦੀਆਂ ਨੂੰ ਹੀ ਮੌਕਾ ਸੱਦਾ ਦਿੱਤਾ ਗਿਆ ਵਾ ਕਿ ਉਹ ਮੀਟਿੰਗ ਸ਼ਾਮਲ ਹੋਣ, ਬਾਕੀਆਂ ਨੂੰ ਜਿਹੜਾ ਵਾ ਉਹ ਸੱਦਾ ਦਿੱਤਾ ਗਿਆ। ਅਸੀਂ ਕੇਂਦਰ ਸਰਕਾਰ ਦਾ ਜਿਹੜਾ ਗੱਲਬਾਤ ਦਾ ਸੱਦਾ 14 ਤਰੀਕ ਦਾ ਉਹ ਰੱਦ ਕਰ ਦਿੱਤਾ ਤੇ ਅਸੀਂ ਗੱਲਬਾਤ 'ਚ ਨਹੀਂ ਜਾ ਰਹੇ। ਆਜ ਨਿਊਜ਼ ਵਾਲਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਤੱਕ ਦੀ ਵੱਡੀ ਖਬਰ, ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰ ਸਰਕਾਰ ਦਾ ਦੂਜਾ ਸੱਦਾ ਵੀ ਠੁਕਰਾ ਦਿੱਤਾ ਹੈ। ਖੇਤੀ ਮੰਤਰਾਲੇ ਨੇ 14 ਅਕਤੂਬਰ ਨੂੰ ਗੱਲਬਾਤ ਕਰਨ ਲਈ ਦਿੱਲੀ ਆਉਣ ਦਾ ਨਿਯੋਤਾ ਦਿੱਤਾ ਸੀ। ਪੰਜਾਬ ਦੇ ਕਿਸਾਨ ਪਹਿਲਾਂ ਵੀ ਕੇਂਦਰੀ ਖੇਤੀਬਾੜੀ ਸਕੱਤਰ ਸੰਜੇ ਅਗਰਵਾਲ ਨਾਲ ਮੀਟਿੰਗ ਕਰਨ ਲਈ ਮਨਾ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਵੀ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਗੱਲਬਾਤ ਕਰਨ ਲਈ ਸੱਦਾ ਭੇਜਿਆ ਗਿਆ ਸੀ, ਪਰ ਕਿਸਾਨਾਂ ਵੱਲੋਂ ਇਹ ਸੱਦਾ ਠੁਕਰਾ ਦਿੱਤਾ ਗਿਆ ਸੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪੰਜਾਬ ਪ੍ਰਧਾਨ ਨੇ ਕੇਂਦਰ ਦੇ ਸੱਦੇ ਨੂੰ ਨਕਾਰਦੇ ਹੋਏ ਕੀ ਕਿਹਾ, ਆਓ ਲੈ ਚੱਲਦੇ ਉਹਨਾਂ ਦੀ ਇਸ ਵੀਡੀਓ ਦੇ ਵੱਲ। ਭੰਨੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ, ਅੱਜ ਸਾਡਾ ਰੇਲ ਪਰੜੀ ਬਸਤੀ ਟੈਂਕਾਂ ਵਾਲੇ ਉੱਤੇ ਲੱਗਾ ਮੋਰਚਾ 19ਵੇਂ ਦਿਨ ਵੀ ਸ਼ਾਮਲ ਹੋ ਗਿਆ ਅਤੇ ਜੋ ਗੱਲਬਾਤ ਦਾ ਸੱਦਾ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਸਕੱਤਰ ਸੰਜੇ ਅਗਰਵਾਲ ਵੱਲੋਂ ਭੇਜਿਆ ਗਿਆ 14 ਤਰੀਕ ਨੂੰ 11:30 ਵਜੇ ਗੱਲਬਾਤ ਕਰਨ ਵਾਸਤੇ ਕ੍ਰਿਸ਼ੀ ਭਵਨ ਵਿੱਚ, ਉਸ ਨੂੰ ਅਸੀਂ ਅੱਜ ਆਪਣੀ ਮੀਟਿੰਗ 'ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਕੋਰ ਕਮੇਟੀ ਦੀ ਮੀਟਿੰਗ 'ਚ ਵਿਚਾਰਿਆ ਗਿਆ ਵਾ। ਵਿਚਾਰਨ ਤੋਂ ਬਾਅਦ ਫੈਸਲਾ ਕੀਤਾ ਗਿਆ ਵਾ ਕਿ ਇਹ ਜਿਹੜਾ ਸੱਦਾ ਦਿੱਤਾ ਗਿਆ ਵਾ ਇਹ ਇੱਕ ਤਾਂ ਜੋ ਸਾਡੀ ਮੰਗ ਸੀ ਵੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਜਿਹੜੇ ਆ ਉਹ ਗੱਲਬਾਤ ਲਈ ਸੱਦਣ, ਉਹ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰਨ। ਦੂਸਰੀ ਇਹ ਸੀ ਵੀ ਪੰਜਾਬ ਦੇ ਕਿਸਾਨਾਂ ਦੇ ਨਾਲ ਨਾਲ ਹਰਿਆਣੇ ਦੇ ਕਿਸਾਨ, ਦੇਸ਼ ਦੇ ਕਿਸਾਨਾਂ ਨੂੰ ਵੀ ਇਹ ਸੱਦਾ ਪੱਤਰ ਵਿੱਚ ਸ਼ਾਮਲ, ਇਸ ਮੀਟਿੰਗ ਵਿੱਚ ਸ਼ਾਮਲ ਕੀਤਾ ਜਾਵੇ, ਕਿਉਂਕਿ ਇਹ ਮੁੱਦਾ ਜਿਹੜਾ ਇਹ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਦਾ ਮੁੱਦਾ ਵਾ ਅਤੇ ਸਾਰਿਆਂ ਨੂੰ ਪਿੰਚ ਕਰ ਰਿਹਾ, ਸਾਰੇ ਅੰਦੋਲਨ ਦੇ ਵਿੱਚ ਆ, ਜਿੰਨੇ ਵੀ ਅੰਦੋਲਨਕਾਰੀ ਕਿਸਾਨ ਆ ਦੇਸ਼ ਦੇ ਵਿੱਚ ਉਹਨਾਂ ਸਾਰਿਆਂ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਜਾਵੇ। ਪਰ ਕੇਂਦਰ ਸਰਕਾਰ ਵੱਲੋਂ ਸਿਰਫ ਪੰਜਾਬ ਦੇ 29 ਕਿਸਾਨ ਜਥੇਬੰਦੀਆਂ ਨੂੰ ਹੀ ਮੌਕਾ ਸੱਦਾ ਦਿੱਤਾ ਗਿਆ ਵਾ ਕਿ ਉਹ ਮੀਟਿੰਗ ਸ਼ਾਮਲ ਹੋਣ, ਬਾਕੀਆਂ ਨੂੰ ਜਿਹੜਾ ਵਾ ਉਹ ਸੱਦਾ ਦਿੱਤਾ ਗਿਆ। ਇਸ ਵਜ੍ਹਾ ਕਰਕੇ ਅਤੇ ਨਾਲ ਇਹ ਸਪਸ਼ਟ ਨਹੀਂ ਗਾ, ਇਹ ਸਪਸ਼ਟ ਗੱਲ ਨਹੀਂ ਵੀ ਜਿਹੜੀ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਆ ਉਹ ਕੌਣ ਮੰਤਰੀ ਕਰ ਰਿਹਾ ਜਾਂ ਕੌਣ ਕਰ ਰਿਹਾ ਜਾਂ ਸਕੱਤਰ ਕਰ ਰਿਹਾ, ਉਸ ਬਾਰੇ ਬਿਲਕੁਲ ਸਪਸ਼ਟ ਨਾ ਹੋਣ ਕਰਕੇ ਅਤੇ ਨਾਲ ਜਿਹੜੇ ਕਿਸਾਨ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਬਿਆਨ ਆ ਰਹੇ ਆ ਵੀ ਜਿਹੜੇ ਆਰਡੀਨੈਂਸ ਉਹ ਕਿਸੇ ਕੀਮਤ 'ਤੇ ਰੱਦ ਨਹੀਂ ਹੋ ਸਕਦੇ, ਇਹ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਅਸੀਂ ਕੇਂਦਰ ਸਰਕਾਰ ਦਾ ਜਿਹੜਾ ਗੱਲਬਾਤ ਦਾ ਸੱਦਾ 14 ਤਰੀਕ ਦਾ ਉਹ ਰੱਦ ਕਰ ਦਿੱਤਾ ਅਤੇ ਅਸੀਂ ਗੱਲਬਾਤ 'ਚ ਨਹੀਂ ਜਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋਤਿਸ਼ ਆਰਕੇ ਸ਼ਾਸਤਰੀ ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ, 72 ਘੰਟਿਆਂ ਵਿੱਚ ਘਰ ਬੈਠੇ ਹਰ ਤਰ੍ਹਾਂ ਦਾ ਸਮਾਧਾਨ, ਵਸ਼ੀਕਰਨ ਕਰਨਾ ਜਾਂ ਤੋੜਨਾ, ਪਿਆਰ ਵਿੱਚ ਧੋਖਾ, ਲਵ ਮੈਰਿਜ, ਪਤੀ ਪਤਨੀ ਵਿੱਚ ਅਣਬਣ, ਸੌਤਨ ਦੁਸ਼ਮਣ ਦਾ ਨਾਸ਼, ਧੋਖਾ ਖਾਦੇ ਲੋਕ ਸਾਨੂੰ ਇੱਕ ਵਾਰ ਜ਼ਰੂਰ ਫੋਨ ਕਰਨ, 81468-13896, 81468-13896।